ਨਾਂ ਡਾਕਟਰ ਮੁਕੇਸ਼। ਡਾਕਟਰ ਸਾਹਿਬ, ਤੁਹਾਡੇ ਵੱਲੋਂ ਨਿਮੰਤਰਣ ਪੱਤਰ ਦਿੱਤੇ ਜਾ ਰਹੇ ਹੈਗੇ 22 ਤਰੀਕ ਨੂੰ ਰਾਮ ਲਾਲਾ ਮੰਦਰ ਦੇ ਜਿਹੜੇ ਆਪਣੇ। ਜੈ ਸ਼੍ਰੀ ਰਾਮ। ਅੱਜ ਅਸੀਂ ਜ਼ਿਲ੍ਹਾ ਸੰਯੋਜਕ ਸ਼੍ਰੀ ਦੀਪਕ ਜੀ ਦੀ ਦੇਖ ਰੇਖ ਦੇ ਵਿੱਚ ਸਾਰੇ ਮੋਗਾ ਸ਼ਹਿਰ ਦੇ ਵਿੱਚ ਔਰ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਸ਼੍ਰੀ ਰਾਮ ਜਨਮ ਭੂਮੀ ਟਰੱਸਟ ਵੱਲੋਂ ਉੱਥੋਂ ਦੇ ਪੂਜਿਤ ਅਕਸ਼ਿਤ ਜਿਹੜੇ ਹੈਗੇ ਆ ਉਹ ਲੈ ਕੇ ਘਰ ਘਰ ਜਾ ਕੇ ਆਏ ਹਾਂ ਔਰ ਇਹ ਅਭਿਆਨ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਚੱਲੇਗਾ। ਇਸ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੋਂ ਭਗਵਾਨ ਰਾਮ ਜੀ ਦਾ ਨਿਮੰਤਰਣ ਪੱਤਰ ਜੋ ਕਿ 22 ਜਨਵਰੀ ਤੋਂ ਉੱਥੇ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਭਗਵਾਨ ਆਪ ਸਾਕਸ਼ਾਤ 497 ਸਾਲ ਤੋਂ ਬਾਅਦ ਉੱਥੇ ਜਿਹੜੇ ਹੈਗੇ ਆ ਆਪ ਮੂਰਤੀ ਸਥਾਪਨਾ ਹੋ ਰਹੀ ਹੈ ਔਰ ਆਪਾਂ ਇਹ ਬਹੁਤ ਸੁਭਾਗਿਆਸ਼ਾਲੀ ਹੈ ਕਿ ਇਸ ਸਾਡੇ ਜੀਵਨ ਦੇ ਵਿੱਚ ਅਸੀਂ ਉਹ ਸਾਕਸ਼ਾਤ ਦੇਖ ਪਾ ਰਹੇ ਹਾਂ। ਉਹਦਾ ਕਾਰਨ ਹੈ ਵੀ ਇਸ ਸੰਘਰਸ਼ ਨੂੰ 25 ਪੀੜ੍ਹੀਆਂ ਲੱਗ ਗਈਆਂ ਔਰ ਇਹ ਸੰਘਰਸ਼ ਤੋਂ ਬਾਅਦ ਅੱਜ ਇਹ ਭਗਵਾਨ ਰਾਮ ਜੀ ਦਾ ਜਿਹੜਾ ਹੈਗਾ ਮੰਦਿਰ ਔਰ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਉਸ ਦੇ ਲਈ ਅਸੀਂ ਅੱਜ ਘਰ ਘਰ ਜਾ ਕੇ ਮੋਗੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਐਡਮਿਨਿਸਟ੍ਰੇਸ਼ਨ, ਸਤਿਕਾਰਯੋਗ DC ਸਾਹਿਬ, SSP ਸਾਹਿਬ, ADC ਸਾਹਿਬ ਸਭ ਨੂੰ ਨਿਮੰਤਰਣ ਦਿੱਤਾ ਹੈ। ਅਗਰ ਬਾਤ ਕਰੇ 22 ਤਰੀਕ ਦੀ ਤਾਂ ਕੌਣ ਸਾ ਪ੍ਰੋਗਰਾਮ ਆਪਾਂ ਯਹਾਂ ਪੇ ਕਰ ਰਹੇ ਹੋ? 22 ਤਰੀਕ 22 ਜਨਵਰੀ 2024 ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਜੋ ਕਿ ਸ਼ੁਭ ਮਹੂਰਤ ਨਿਕਲਿਆ ਹੈ ਉਹ ਸ਼ੁਭ ਮਹੂਰਤ ਦੇ ਵਿੱਚ ਭਗਵਾਨ ਸ਼੍ਰੀ ਰਾਮ ਲੱਲਾ ਜੀ ਦਾ ਜੋ ਕਿ 5 ਸਾਲ ਦਾ ਰੂਪ ਦੇ ਵਿੱਚ ਮੂਰਤੀ ਸਥਾਪਨਾ ਹੋਏਗੀ ਔਰ ਉਹ ਜਿਹੜੀ ਹੈਗੀ ਆ ਪ੍ਰਾਣ ਪ੍ਰਤਿਸ਼ਠਾ ਜਿਹੜਾ ਹੈ ਸਾਰੇ ਮੰਦਿਰਾਂ ਦੇ ਵਿੱਚ ਸਾਰੇ ਮੰਦਿਰਾਂ 'ਚ ਉਹ ਪ੍ਰੋਗਰਾਮ ਲਾਈਵ ਚੱਲੇਗਾ ਔਰ ਅਸੀਂ ਸਭ ਨੂੰ ਨਿਵੇਦਨ ਕਰਦੇ ਹਾਂ ਹੱਥ ਜੋੜ ਕੇ ਕਿ ਸਾਰੇ ਹੀ ਰਾਮ ਭਗਤ ਸਮਾਜ ਸੇਵੀ ਸੰਸਥਾਵਾਂ ਇਹ ਰਲ ਕੇ ਇਸ ਹਵਨ ਦੇ ਵਿੱਚ ਯੱਗ ਦੇ ਵਿੱਚ ਆਪਣੀ ਆਹੂਤੀ ਪਾਈਏ ਤਾਂ ਕਿ ਆਪਣਾ ਇਹ ਪ੍ਰੋਗਰਾਮ ਨੂੰ ਸਫਲ ਬਣਾਈਏ। ਆਪਾਂ ਇਹ ਪ੍ਰੋਗਰਾਮ ਲਾਈਵ ਦੇਖਣਾ ਹੈ ਔਰ ਅਲੱਗ ਅਲੱਗ ਕਮਰਿਆਂ 'ਚ ਬੈਠ ਕੇ ਨਹੀਂ ਦੇਖਣਾ, ਸਾਰਿਆਂ ਨੇ ਇਕੱਠੇ ਪਰਿਵਾਰ ਦੇ ਨਾਲ ਦੇਖਣਾ ਹੈ ਜਾਂ ਨੇੜੇ ਮੰਦਿਰ ਗੁਰਦੁਆਰੇ 'ਚ ਜਾ ਕੇ ਦੇਖਣਾ ਹੈ। ਮੈਂ ਸੁਨੀਲ ਗਰਗ, ਐਡਵੋਕੇਟ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਗਾ, ਸਾਰੇ ਨਗਰ ਨਿਵਾਸੀਆਂ ਨੂੰ, ਸਾਰੇ ਰਾਮ ਭਗਤਾਂ ਨੂੰ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਆਖਦਾ। ਔਰ ਜਿੱਦਾਂ ਸਾਰੇ ਨਗਰ ਨਿਵਾਸੀਆਂ ਨੂੰ, ਰਾਮ ਪ੍ਰੇਮੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਅਯੋਧਿਆ ਵਿੱਚ ਰਾਮ ਮੰਦਿਰ ਦਾ ਭਵਯ ਨਿਰਮਾਣ ਹੋ ਰਿਹਾ ਹੈ ਔਰ ਰਾਮ ਭਗਵਾਨ ਬਾਲ ਸਵਰੂਪ ਦੇ ਵਿੱਚ ਉਸ ਗਰਭਗ੍ਰਹਿ ਦੇ ਵਿੱਚ, ਪ੍ਰਥਮ ਸਥਲ ਦੇ ਗਰਭਗ੍ਰਹਿ ਦੇ ਵਿੱਚ 22 ਤਰੀਕ ਨੂੰ 11 ਵਜੇ ਤੋਂ 1 ਵਜੇ ਤੱਕ ਸਥਾਪਿਤ ਕਰਕੇ ਭਗਵਾਨ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ। ਔਰ ਮੈਂ ਸਾਰੇ ਰਾਮ ਭਗਤਾਂ ਨੂੰ, ਪ੍ਰੇਮੀਆਂ ਨੂੰ ਔਰ ਸਾਰੇ ਨਗਰ ਨਿਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਜੋ ਰਾਮ ਭਗਤ ਅਯੋਧਿਆ ਤੋਂ ਆਏ ਹੋਏ ਅਕਸ਼ਤ ਘਰ ਘਰ ਵਿੱਚ ਪਹੁੰਚਾ ਰਹੇ ਨੇ ਉਹਨਾਂ ਦਾ ਭਵਯ ਸਵਾਗਤ ਕੀਤਾ ਜਾਵੇ ਔਰ 22 ਤਰੀਕ ਨੂੰ 11 ਤੋਂ 1 ਵਜੇ ਤੱਕ ਆਪਣੇ ਮੰਦਿਰਾਂ ਦੇ ਵਿੱਚ ਬੈਠ ਕੇ ਕੀਰਤਨ ਕੀਤਾ ਜਾਵੇ, ਸੁੰਦਰਕਾਂਡ ਦਾ ਪਾਠ ਕੀਤਾ ਜਾਵੇ, ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇ, ਰਮਾਇਣ ਦਾ ਪਾਠ ਕੀਤਾ ਜਾਵੇ ਔਰ ਨਜ਼ਦੀਕੀ ਮੰਦਿਰਾਂ ਦੇ ਵਿੱਚ ਜਾ ਕੇ ਭਗਵਾਨ ਰਾਮ ਨੂੰ ਪ੍ਰਾਰਥਨਾ ਕੀਤੀ ਜਾਵੇ ਔਰ 11 ਵਜੇ ਤੋਂ 1 ਵਜੇ ਤੱਕ ਜੋ ਵੀ ਰਾਮ ਭਗਤਾਂ ਕੋਲ ਅਵੇਲੇਬਲ ਹੈ, ਚਾਹੇ ਉਹ ਮੋਬਾਈਲ ਫੋਨ ਹੈ, ਚਾਹੇ ਉਹ TV ਹੈ, ਕੰਪਿਊਟਰ ਹੈ, ਵੱਡੀਆਂ LED ਸਕਰੀਨਾਂ ਨੇ, ਉਹਨਾਂ ਨੂੰ ਲਗਾ ਕੇ
ਸਾਰੇ ਜੋ ਲਾਈਵ ਟੈਲੀਕਾਸਟ ਉਹਦਾ ਚੱਲ ਰਿਹਾ ਹੈ ਔਰ ਜੋ ਰਾਮ ਭਗਵਾਨ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ ਉਹਨੂੰ ਆਪ ਵੀ ਦੇਖਿਆ ਜਾਵੇ ਔਰ ਸਾਰੇ ਰਾਮ ਭਗਤਾਂ ਨੂੰ ਨਗਰ ਨਿਵਾਸੀਆਂ ਨੂੰ ਦਿਖਾਇਆ ਜਾਵੇ ਔਰ ਮੈਂ ਇਸ ਗੱਲ ਦੀ ਬੇਨਤੀ ਕਰਦਾ ਹਾਂ ਕਿ ਰਾਤ ਨੂੰ ਇੱਕ ਭਵਿਆ ਦੀਪਾਵਲੀ ਕੀਤੀ ਜਾਵੇ ਘਰ ਦੇ ਵਿੱਚ ਆਪਣੇ ਉੱਪਰ ਮਕਾਨ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜੇ ਹੈ ਦੀਵੇ ਜਗਾ ਕੇ ਜਿਹੜਾ ਹੈ ਰਾਮ ਭਗਵਾਨ ਦਾ ਜਿਹੜਾ ਹੈ ਉਹ ਸਵਾਗਤ ਕੀਤਾ ਜਾਵੇ।